मेरी जिंदगी में किस दिन उस सौखी लगती चंगी नहीं लगती, खास करके उस अरमान नु की हुंदा जो उस देशो ते दफ्तर दे विच मैनू नौकरी दवा देंदा। पर वैसे भी इन्ने सारे ऑफिसेस च इंटरव्यू देना मेरा मकसद नहीं है, मैं तो बस उस देशो दे ना नेड़े तेड़े रहना चाहनी हूं ताकि दफ्तर दे विच उहदी जिंदगी नरक बना सकां। ये तो मिसेस दुग्गल है, दुग्गल फूड चेन कंपनी दे मालक। वाह शुक्र है रब्बा इन्नी जल्दी मेरी गल सुन ली, जेड़े राह ते पहुंचना है हो रहा तुसी मेरे सामने ही ले आता है, बस हुण मेरी मदद कर दियो किस तरह। आंटी जी जरा देख के बच के, आंटी जी देख नहीं जा सकते, तू देख नहीं जा सकता। बेटा कोई गल नहीं जान दियो। नहीं नहीं आंटी जी, जे मैंने कुछ हो जाता, जे तौनू कुछ हो जाता फिर तेने रिस्पांसिबिलिटी लेनी सी, चकनी सी जिम्मेवारी। ओए बकवास ना कर ज्यादा। बेटा जाओ तुसी, मेरी गलती है, मैं बिना देखे चली आ रही सी। बेटे तुसी ठीक हो? हां जी आंटी जी मैं ठीक हां, पर थानू किते सड़तन लगी। ਤੁਹਾਡਾ ਧੰਨਵਾਦ, ਤੁਸੀਂ ਮੇਰੀ ਜ਼ਿੰਦਗੀ ਬਚਾਈ। ਨਹੀਂ ਨਹੀਂ ਆਂਟੀ ਜੀ, ਇਦਾਂ ਧੰਨਵਾਦ ਬੋਲ ਕੇ ਨਾ ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰੋ, ਇਹ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਦੇਸ਼ ਵਾਸੀਆਂ ਦੀ ਮਦਦ ਕਰਾਂ। ਇਹ ਤਾਂ ਉਸ ਬਦਤਮੀਜ਼ ਜਿਹਨੇ ਨਾ ਮੇਰੇ ਸਾਰੇ ਕੱਪੜੇ ਖਰਾਬ ਕਰ ਦਿੱਤੇ ਆ। ਕਿੱਥੇ ਜਾਣਾ ਤੁਸੀਂ, ਮੈਂ ਛੱਡ ਦਿੰਨੀ? ਨਹੀਂ ਨਹੀਂ ਆਂਟੀ ਜੀ, ਬਸ ਤੁਸੀਂ ਇੰਨੀ ਕੁ ਅਰਦਾਸ ਕਰਿਓ ਕਿ ਜਿਹੜੀ ਵੱਡੀ ਕੰਪਨੀ ਦੇ ਵਿੱਚ ਅੱਜ ਮੈਂ ਇੰਟਰਵਿਊ ਲਈ ਜਾਣਾ ਨਾ ਉੱਥੇ ਮੈਨੂੰ ਜੌਬ ਮਿਲ ਜਾਵੇ। ਕਿਹੜੀ ਕੰਪਨੀ? ਦੁੱਗਲ ਫੂਡ ਚੇਨ। ਤੂੰ ਮੇਰੀ ਜਾਨ ਬਚਾਈ ਹੈ ਤੇ ਮੈਂ ਇਹ ਕਰਜ਼ਾ ਲਾਉਣਾ ਚਾਹੁੰਦੀ ਹਾਂ। ਇੰਨੀ ਐਪਲੀਕੇਸ਼ਨਸ ਆਈਆਂ ਨੇ ਪਰ ਚੱਜ ਦੀਆਂ ਬਸ ਇਹ ਪੰਜ ਹੀ ਲੱਗੀਆਂ ਮੈਨੂੰ। ਤੇਸ਼ੋ ਜੀ ਵਰਗੀ ਔਰਤ ਦੇ ਨਾਲ ਨਾ ਉਹਨਾਂ ਦਾ ਸਟੈਂਡਰਡ ਦਾ ਕੋਈ ਸਹਾਇਕ ਹੋਣਾ ਚਾਹੀਦਾ। ਤੇ ਸਰ ਫਿਰ ਇਹਨਾਂ ਪੰਜਾਂ ਨੂੰ ਬੁਲਾ ਲਈਏ? ਨਹੀਂ ਨਹੀਂ, ਤੁਸੀਂ ਇੱਕ ਵਾਰ ਇਹਨਾਂ ਨਾਲ ਫੋਨ ਉੱਤੇ ਗੱਲ ਕਰੋ ਤੇ ਜੇ ਕੋਈ ਲੱਗੇ ਨਾ ਕਿ ਦੇਸ਼ੋ ਜੀ ਨਾਲ ਕੰਮ ਕਰਨ ਲਾਇਕ ਹੈ ਫਿਰ ਉਹਨੂੰ ਹੀ ਬੁਲਾਓ। ਬਸ ਦੇਸ਼ੋ ਜੀ ਉੱਤੇ ਨਾ ਕੰਮ ਦਾ ਬਹੁਤ ਦਬਾਅ ਹੈ, ਜੇ ਥੋੜਾ ਘਟਾ ਸਕੀਏ ਤਾਂ ਘਟਾਈਏ। ਠੀਕ ਹੈ ਸਰ, ਇਹ ਵੀ ਤਰਕੀਬ ਸਹੀ ਹੈ। ਤੇ ਬਾਕੀ ਕਾਗਜ਼ ਤਿਆਰ ਨੇ, ਰੈਸਟੋਰੈਂਟਸ ਦੇ ਨਕਸ਼ੇ ਤੇ ਪਲਾਨਸ? ਹਾਂਜੀ ਸਰ ਤਿਆਰ ਹੈ, ਤੁਸੀਂ ਪਲੀਜ਼ ਇੱਕ ਵਾਰ ਚੈੱਕ ਕਰ ਲਓ। ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਬੈਠੋ ਜੀ। ਹੋਰ ਕੀ ਹਾਲ ਹੈ ਬੇਟਾ? ਇਕਦਮ ਵਧੀਆ ਜੀ। ਸਭ ਠੀਕ ਚੱਲ ਰਿਹਾ? ਹਾਂਜੀ ਹਾਂਜੀ ਸਭ ਵਧੀਆ। ਪਰ ਤੁਸੀਂ ਅੱਜ ਇੱਥੇ ਮੈਨੂੰ ਬੁਲਾ ਲੈਂਦੇ? ਬੁਲਾ ਤਾਂ ਲੈਂਦੀ ਪਰ ਮੈਂ ਤੁਹਾਡੀ ਸਮੱਸਿਆ ਦਾ ਹੱਲ ਲੈ ਕੇ ਆਈ ਹਾਂ, ਇਸ ਲਈ ਮੈਂ ਸੋਚਿਆ ਮੈਂ ਤੁਹਾਨੂੰ ਖੁਦ ਹੀ ਜਾ ਕੇ ਦੱਸ ਦਿਆਂਗੀ। ਮੇਰੀ ਕਿਹੜੀ ਸਮੱਸਿਆ? ਇਹੀ ਜਿਹੜਾ ਦੇਸ਼ੋ ਦੀ ਸਹਾਇਕ ਲੱਭਣ ਦਾ ਜ਼ਿੰਮਾ ਤੁਸੀਂ ਚੁੱਕਿਆ ਹੋਇਆ ਹੈ ਉਹਦਾ ਸਿੰਪਲ ਜਿਹਾ ਹੱਲ ਲੈ ਕੇ ਆਈ। ਪਰ ਤੁਹਾਨੂੰ ਕਿਵੇਂ ਪਤਾ ਕਿ ਅਸੀਂ ਦੇਸ਼ੋ ਜੀ ਲਈ ਅਸਿਸਟੈਂਟ ਲੱਭ ਰਹੇ ਹਾਂ? ਇਸ ਆਫਿਸ ਸਿਰਫ ਤੁਸੀਂ ਹੀ ਕੰਮ ਕਰਦੇ ਹੋ, ਮੈਨੂੰ ਤੁਹਾਡੇ ਬਟਲਰ ਨੇ ਦੱਸਿਆ, ਮੇਰੇ ਕੋਲ ਇੱਕ ਖਾਸ ਵਿਅਕਤੀ ਹੈ। ਫਿਰ ਤਾਂ ਗੱਲ ਬਣ ਗਈ, ਜੇ ਤੁਸੀਂ ਲੱਭਿਆ ਨਾ ਫਿਰ ਤਾਂ ਚੰਗਾ ਹੀ ਹੋਊ। ਹੈ ਇੱਕ ਭਲਾ ਮਾਨਸ ਜਿਹਨੇ ਮੇਰੀ ਜਾਨ ਬਚਾਈ। ਕੀ ਹੋਇਆ ਮੰਮੀ ਜੀ, ਤੁਸੀਂ ਠੀਕ ਹੋ? ਹਾਂ ਹਾਂ ਉਹੀ ਤਾਂ ਦੱਸ ਰਹੀ ਹਾਂ, ਮੇਰਾ ਐਕਸੀਡੈਂਟ ਹੋਣ ਤੋਂ ਬਚਾਇਆ ਉਹਨੇ। ਸ਼ੁਕਰ ਹੈ ਉਸ ਬੰਦੇ ਦਾ। ਮੈਨੂੰ ਲੱਗਦਾ ਦੇਸ਼ੋ ਦੇ ਸਾਈਕ ਲਈ ਉਹ ਬਿਲਕੁਲ ਸਹੀ ਬੈਠੇਗੀ ਤੇ ਤੁਹਾਨੂੰ ਉਹਨੂੰ ਇਹ ਨੌਕਰੀ ਦੇ ਦੇਣੀ ਚਾਹੀਦੀ ਹੈ। ਠੀਕ ਹੈ ਫਿਰ ਅਸੀਂ ਉਹਨੂੰ ਇੱਕ ਵਾਰ ਮਿਲ ਲੈਂਦੇ ਆ। ਉਹ ਤੇ ਬਾਹਰ ਹੀ ਖੜੀ ਹੈ ਤੇ ਕੰਮ ਲਈ ਬਿਲਕੁਲ ਤਿਆਰ ਹੈ। ਅੱਜ ਤੋਂ ਹੀ? ਹਾਂ ਮੈਂ ਉਹਨੂੰ ਪੁੱਛਿਆ ਸੀ ਕੰਮ ਤੇ ਕਦੋਂ ਆਵੇਂਗੀ, ਉਹ ਤਾਂ ਇੰਨੀ ਉਤਾਵਲੀ ਸੀ ਮੇਰੇ ਨਾਲ ਹੀ ਆ ਗਈ। ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਪਸੰਦ ਆ ਰਹੀ। ਮੈਂ ਤਾਂ ਖੁਦ ਦੇਸ਼ ਨੂੰ ਮਿਲਾਉਣਾ ਸੀ ਉਹਨੂੰ ਪਰ ਮੈਂ ਇੱਕ ਮੀਟਿੰਗ ਲਈ ਪਹਿਲਾਂ ਹੀ ਲੇਟ ਹੋ ਰਹੀ ਹਾਂ, ਬਾਕੀ ਤੁਸੀਂ ਸੰਭਾਲੋ। ਠੀਕ ਹੈ ਮੰਮੀ ਜੀ। ਗੁੱਡ ਮਾਰਨਿੰਗ ਦੇਸ਼ੋ ਜੀ। ਗੁੱਡ ਮਾਰਨਿੰਗ ਸਰ ਜੀ। ਬੈਠੋ। ਚੱਲ ਰਿਹਾ ਕੰਮ ਕਾਰ? ਹਾਂਜੀ ਉਹ ਮੈਂ ਰੈਸਟੋਰੈਂਟ ਦੀ ਫਾਈਲਾਂ ਹੀ ਵੇਖਦੀ ਪਈ ਸੀ। ਕਾਫੀ ਵੱਡੇ ਪੈਮਾਨੇ ਤੇ ਰੈਸਟੋਰੈਂਟ ਖੋਲਣ ਦੀ ਯੋਜਨਾ ਬਣਾਈ ਹੈ ਤੁਸੀਂ? ਉਹਦੀ ਵੀ ਗੱਲ ਕਰਾਂਗੇ ਪਰ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਨਵੀਂ ਯੋਜਨਾ ਸਾਂਝੀ ਕਰਨੀ ਹੈ। ਹਾਂਜੀ ਹਾਂਜੀ ਸਰ ਦੱਸੋ। ਦੱਸਾਂਗਾ ਜੇ ਤੁਸੀਂ ਮੇਰੀ ਗੱਲ ਸੁਣੋ ਤਾਂ। ਹਾਂਜੀ ਸਰ ਸੁਣਦੀ ਪਈ ਹਾਂ, ਤੁਸੀਂ ਫਾਈਲ ਤਾਂ ਦਿਓ।
ਇਹਨਾਂ ਫਾਈਲਾਂ ਦਾ ਤਾਂ ਬੋਝ ਘਟਾਉਣਾ ਹੈ, ਤਾਂ ਹੀ ਤਾਂ ਮੈਂ ਆਇਆ ਤੁਹਾਡੇ ਕੋਲ। ਫਾਈਲਾਂ ਦਾ ਬੋਝ ਘਟਾਉਣਾ ਮੈਂ ਸਮਝੀ ਨਹੀਂ ਸਰ ਜੀ। ਤੁਹਾਨੂੰ ਇਦਾਂ ਤਾਂ ਨਹੀਂ ਲੱਗਦਾ ਕਿ ਤੁਸੀਂ ਇਸ ਕਾਗਜ਼ੀ ਕਾਰਵਾਈ ਦੇ ਵਿੱਚ ਉਲਝ ਜਾਂਦੇ ਹੋ? ਉਹ ਸਰ ਮੈਂ ਕਦੀ ਸੋਚਿਆ ਨਹੀਂ ਸੀ ਕਿ ਇੰਨਾ ਕਾਗਜ਼ੀ ਕੰਮ ਵੀ ਕਰਨਾ ਪਊਗਾ ਮੈਨੂੰ। ਹਾਂਜੀ, ਤੁਸੀਂ ਬਹੁਤ ਵੱਡੇ ਕੰਮਾਂ ਦੇ ਲਈ ਬਣੇ ਹੋ, ਇਹਨਾਂ ਕਾਗਜ਼ੀ ਕਾਰਵਾਈਆਂ ਤੋਂ ਕਿਤੇ ਇੰਪੋਰਟੈਂਟ ਕੰਮ ਦੇ ਲਈ। ਤੇ ਫਿਰ ਆ ਕੰਮ ਕੌਣ ਕਰੂਗਾ? ਇਹ ਕੰਮ ਕਰੂਗੀ ਤੁਹਾਡੀ ਨਵੀਂ ਅਸਿਸਟੈਂਟ। ਅਸਿਸਟੈਂਟ? ਇੱਦਾਂ ਤਾਂ ਕੋਈ ਹੈ ਮੇਰੀ ਮਦਦ ਕਰਨ ਲਈ ਦਫ਼ਤਰ ਵਿੱਚ? ਹਾਂਜੀ, ਇੱਕ ਹੈ ਜਿਹਦਾ ਕੰਮ ਹੀ ਹੋਊਗਾ ਤੁਹਾਡੀ ਮਦਦ ਕਰਨ, ਜੇ ਇਜਾਜ਼ਤ ਹੋਵੇ ਤਾਂ। ਹਾਂਜੀ ਹਾਂਜੀ ਸਰ ਜੀ। ਰੇਸ਼ਮ ਮੈਡਮ ਦੀ ਪੀਏ ਨੂੰ ਅੰਦਰ ਭੇਜੋ। ਸਰ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ? ਨਹੀਂ ਨਹੀਂ, ਕੰਪਨੀ ਸੱਚੀ ਤੁਹਾਡੇ ਲਈ ਇੱਕ ਨਵੀਂ ਅਸਿਸਟੈਂਟ ਰੱਖ ਰਹੀ ਹੈ, ਬਸ ਆ ਹੀ ਜਾਊਗੀ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ। ਕੀ ਕਰਦੀ ਪਈ ਹੈ? ਕੀ ਕਹਿਣਾ ਚਾਹੁੰਦੇ ਹੋ ਦੇਸ਼ੋ ਜੀ, ਖੁੱਲ ਕੇ ਕਹੋ। ਨਹੀਂ ਨਹੀਂ ਸਰ ਜੀ, ਮੈਂ ਤਾਂ ਪੁੱਛਦੀ ਪਈ ਸੀ ਕਿ ਇਹ ਸਿੰਪਲ ਸ਼ਰਮਾ ਤੁਹਾਡੀ ਨਵੀਂ ਅਸਿਸਟੈਂਟ, ਕੰਮਕਾਜੀ ਭਾਸ਼ਾ 'ਚ ਇਹਨੂੰ ਸ਼ਾਰਟਕੱਟ ਮਾਰ ਕੇ ਪੀਏ ਵੀ ਕਹਿੰਦੇ ਨੇ, ਠੀਕ ਹੈ ਨਾ? ਅਤੇ ਸਿੰਪਲ ਸ਼ਰਮਾ ਇਹਨੇ, ਬਿਲਕੁਲ ਸਰ, ਇਹਨੇ ਦੇਸ਼ੋ ਮੈਮ, ਮੇਰਾ ਮਤਲਬ ਦੇਸ਼ਪ੍ਰੀਤ ਕੌਰ। ਗੁੱਡ ਮਾਰਨਿੰਗ ਮੈਮ। ਵੈਰੀ ਗੁੱਡ, ਤੁਸੀਂ ਤਾਂ ਬੜੇ ਹੁਸ਼ਿਆਰ, ਮੈਨੂੰ ਪੂਰੀ ਉਮੀਦ ਹੈ, ਲੱਗਦਾ ਹੈ ਕਿ ਜਲਦੀ ਕੰਮਕਾਰ ਦਾ ਬੋਝ ਵੀ ਹਲਕਾ ਕਰ ਦਿਓਗੇ ਮੈਡਮ ਜੀ ਦਾ, ਕਿਉਂ ਦੇਸ਼ੋ ਜੀ? ਹਾਂ ਹਾਂਜੀ ਹਾਂਜੀ ਸਰ ਜੀ। ਬੈਠੋ। ਸਿੰਪਲ ਸ਼ਰਮਾ, ਮੈਂ ਤੁਹਾਡੀ ਬਹੁਤ ਸਿਫਤ ਸੁਣੀ, ਤੇ ਉਹਦਾ ਸਾਡੀ ਕੰਪਨੀ ਦੇ ਲਈ ਬਹੁਤ ਇੰਪੋਰਟੈਂਟ ਵੀ ਹੈ। ਰੇਸ਼ੋ ਜੀ ਸਾਡੇ ਨਵੇਂ ਫੂਡ ਸੈਕਸ਼ਨ ਦੇ ਹੈੱਡਸ਼ਿਪ ਦੇ ਨਾਲ ਨਾਲ ਸਾਡੀ ਕੰਪਨੀ ਦੇ ਪਾਰਟਨਰ ਵੀ ਨੇ, ਤੇ ਇੰਨੀ ਕੁ ਗੱਲ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਤੁਹਾਡੇ ਉੱਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੈ। ਹਾਂਜੀ ਸਰ, ਮੈਨੂੰ ਨਾ ਸਭ ਕੁਝ ਹੀ ਸਮਝ ਆ ਗਿਆ, ਤੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਬਸ ਫਿਰ ਡਟ ਜਾਓ ਦੇਸ਼ੋ ਮੈਡਮ ਦੇ ਨਾਲ, ਚੰਗਾ ਹੋਊਗਾ ਜੇ ਤੁਸੀਂ ਕਿਸੇ ਸ਼ਿਕਾਇਤ ਦਾ ਮੌਕਾ ਨਾ ਹੀ ਦਿਓ ਤਾਂ। ਨਹੀਂ ਨਹੀਂ ਸਰ, ਮੈਂ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਊਂਗੀ, ਇਨਫੈਕਟ ਮੈਂ ਤਾਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਮ ਦੇ ਨਾਲ ਵਧੀਆ ਕੰਮ ਕਰ ਸਕਾਂ, ਨਾਲੇ ਮੇਰਾ ਕੰਮ ਤਾਂ ਮੈਮ ਦੇ ਕੰਮ ਵਿੱਚ ਮਦਦ ਕਰਨਾ ਹੀ ਹੈ, ਤੇ ਉਹਨਾਂ ਦੇ ਕੰਮ ਨੂੰ ਹੋਰ ਵੀ ਸੌਖਾ ਕਰਨਾ ਹੈ। ਬਿਲਕੁਲ, ਤੁਸੀਂ ਇਹ ਮੇਕ ਸ਼ੋਰ ਕਰਨਾ ਹੈ ਕਿ ਦੇਸ਼ੋ ਜੀ ਆਪਣਾ ਕੰਮ ਆਰਾਮ ਨਾਲ ਕਰ ਸਕਣ, ਤੇ ਐਕਸਟਰਾ ਕੰਮਾਂ 'ਚ ਉਹਨਾਂ ਦਾ ਸਮਾਂ ਵੇਸਟ ਨਾ ਹੋਵੇ। ਤੁਸੀਂ ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਬਿਲਕੁਲ ਸਰ, ਮੇਰਾ ਤਾਂ ਕੰਮ ਹੀ ਇਹੀ ਹੈ, ਮੈਮ ਦੇ ਸਾਰੇ ਕੰਮ ਦੇ ਕਾਗਜ਼ੀ ਕਾਰਵਾਈ, ਉਹਨਾਂ ਦੀ ਮੀਟਿੰਗਸ ਤੇ ਅਪਾਇੰਟਮੈਂਟਸ ਦਾ ਧਿਆਨ ਰੱਖਣਾ, ਸਾਰਾ ਕੁਝ ਮੈਂ ਹੀ ਦੇਖਿਆ ਕਰਾਂਗੀ। ਲਓ ਦੇਸ਼ੋ ਜੀ, ਸਿੰਪਲ ਸ਼ਰਮਾ ਤਾਂ ਬਹੁਤ ਸਮਝਦਾਰ ਨੇ, ਮੇਰੇ ਖਿਆਲ 'ਚ ਤੁਹਾਨੂੰ ਉਹਨਾਂ ਨੂੰ ਕੁਝ ਵੀ ਸਮਝਾਉਣ ਦੀ ਲੋੜ ਨਹੀਂ ਪਊਗੀ। ਹਾਂਜੀ ਹਾਂਜੀ ਸਰ ਜੀ। ਸਰ ਮੈਮ ਦੱਸੋ ਮੈਨੂੰ ਕਿੱਥੋਂ ਕੰਮ ਸ਼ੁਰੂ ਕਰਨਾ? ਰੁਕੋ ਰੁਕੋ, ਪਹਿਲਾਂ ਇੱਕ ਕੱਪ ਕਾਫੀ ਪੀਓ, ਅੱਜ ਤੁਹਾਡਾ ਆਫਿਸ ਦੇ ਵਿੱਚ ਪਹਿਲਾ ਦਿਨ ਹੈ, ਆਰਾਮ ਨਾਲ ਕੰਮ ਸ਼ੁਰੂ ਕਰਿਓ। ਠੀਕ ਹੈ ਸਰ, ਜਿਵੇਂ ਤੁਸੀਂ ਕਹੋ। ਮੈਂ ਜਾ ਸਕਦੀ ਹਾਂ? ਹਾਂਜੀ, ਥੈਂਕ ਯੂ। ਸਿੰਪਲ ਨੇ ਜ਼ਿੱਦਤਾ ਕਰ ਲਈ ਤੇ ਮੈਂ ਬਿਨਾ ਸੋਚੇ ਸਮਝੇ ਉਹਦੀ ਗੱਲਾਂ 'ਚ ਆ ਵੀ ਗਿਆ, ਪਰ ਜੇ ਦੇਸ਼ੋ ਨੇ ਦੁੱਗਣ ਨੂੰ ਸਾਰਾ ਕੁਝ ਦੱਸਤਾ ਤੇ ਫਿਰ ਤਾਂ ਸਿੰਪਲ ਦੇ ਨਾਲ ਨਾਲ ਮੈਨੂੰ ਵੀ ਨੌਕਰੀ ਤੋਂ ਕੱਢੂਗਾ। ਹਾਂਜੀ ਡਾਰਲਿੰਗ, ਤੁਸੀਂ ਅਜੇ ਤਾਂ ਕਿੱਥੇ ਖੜੇ ਹੋ? ਤੂੰ ਬਾਹਰ ਵੀ ਆ ਗਈ? ਦੁੱਗਲ ਮੈਨੂੰ ਕਹਿੰਦਾ ਬਾਹਰ ਜਾ ਕੇ ਕਾਫੀ ਪੀ, ਮਸਤੀ ਮਾਰ, ਕੰਮ ਸ਼ੁਰੂ ਕਰਨ ਦੀ ਨਾ ਹਜੇ ਕੋਈ ਜਲਦੀ ਨਹੀਂ ਆ। ਪਰ ਤੂੰ ਉੱਤੇ ਕਿਹੜਾ ਜਾਦੂ ਕੀਤਾ? ਕੀ ਮਤਲਬ? ਮਤਲਬ ਇਹ
कि तू कामली दुग्गल नु किस तरह पटाया? मैं दुग्गल नु ना कुछ भी पटाया नहीं है। हां तुसी मेरे टैलेंट नु नहीं जानदे। बस की कीता तू? तुसी भावे मेरे काम नहीं आए पर मेरे सोर्सेस ना होर भी हैगे ने। हां हां ठीक है। अब ते देशो देशो ने किता बोलना सी ओदे मुरे? तू उसे सामने खड़ी सी, उन्हें तेन कुछ नहीं किया? नहीं डार्लिंग, उन्हें मेरे सामने तो कुछ नहीं किया, पर कहते मेरे बाहर आने तो बाद कोई गल ना कर देवे उन्हें। मैं आते नहीं कह सकता की करूँ की नहीं, हो तो उन्हें पता होगा। अरमान मैं नहीं चाहती कि उन्हें कोई पंगा पवे, मैं सच्ची काम करना चाहनी हूँ। बस देशो भी मेरे उत्ते ना एक बार भरोसा कर लवे, मैं तो अपने करियर की नवे सिरे तो शुरुआत करना चाहनी हूँ और तरक्की भी करना चाहनी हूँ। तेरा करियर तो वधिया बन जूगा, बस देशो का पंगा ना पवे। पर जे देशो कितने ऐ सोचती है ना कि मैं इत्थे उहदे राह च रोड़े अटकाण आई हाँ तो वह गलत सोचती है अरमान। और तू तो सगों की हेल्प करेंगी क्योंकि तेनों तो एक्सपीरियंस भी है काम का, अरे तू तो पढ़ी लिखी है, हूँ तो कख नहीं आता। इसे गल का तो मैं डर लगता है पर जे कोई पंगा पै गया ना मैनू नहीं पता, तुसी आपे ही सामभना, मैनू तो नौकरी चाहिए है। तेनू उन्होंने कॉफी पीन मार भेजे सी ना, ये तो उन्होंने कॉफी लग जा रहे हैं। पर अरमान तुहानू किवें पता कि ये पीयर उन्हां दोवां लई कॉफी लेके जा रहे हैं? मैं हुणे पुछदा। अब गुड्डू। हाँ जी सर। ओरे आ कॉफी देशो लई लेके जा रहे हैं? हाँ जी सर जी, दो कप मंगाया उन्होंने। ले आ मैनू फड़ा, मैनू पता अंदर कौन है। तो कौन है बीबा? हाँ मैडम दी असिस्टेंट है। तू चाह लेके जाएंगे अंदर? इस वेले भावे मैनू टेबल भी साफ करना पैना, वो भी कर लूंगी, तुसी समझ सकदे हो ना। ओ बीबी अब गुड्डू तू रहने दो, तू कॉफी पचानी है ना, कॉफी अंदर पहुंच जाएगी। तू चल। लो देशो जी हुण तुहाडा काम वंडिया जाऊ, ठीक कीता ना? अब होता मैं समझ गई, पर तुसी कदों रखिया नु नौकरी ते? अज ही रखिया ते अज ही तुहाडे सामने पेश भी कर दिता। पर मैनू सहायक दी की लोड़ सी? बहुत लोड़ सी, मैं सोचिया कि तुसी इकल्ले किधर किधर घूमोगे, ऑफिस च किन्ना काम हुंदा है। ਇਹਨਾਂ ਤਾਂ ਕੰਮ ਹੁੰਦਾ ਹੀ ਨਹੀਂ ਦਫ਼ਤਰ 'ਚ। ਇਹ ਤਾਂ ਤੁਹਾਡੀ ਆਦਤ ਹੈ, ਮੈਨੂੰ ਪਤਾ ਤੁਸੀਂ ਨਾ ਕੰਮ ਕਰਦੇ ਕਦੇ ਨਹੀਂ ਥੱਕਦੇ, ਵਿਹਲਿਆਂ ਬੈਠੇ ਭਾਵੇਂ ਥੱਕ ਜਾਓ, ਮੈਂ ਤਾਂ ਬਸ ਤੁਹਾਡਾ ਹੀ ਕੰਮ ਸੌਖਾ ਕੀਤਾ। ਕੀ ਗੱਲ ਦੇਸ਼ੋ ਜੀ, ਤੁਹਾਨੂੰ ਮੇਰਾ ਇਹ ਫੈਸਲਾ ਚੰਗਾ ਨਹੀਂ ਲੱਗਿਆ? ਮੈਂ ਤੁਹਾਨੂੰ ਬਿਨਾਂ ਪੁੱਛੇ ਫੈਸਲਾ ਲਿਆ ਤਾਂ ਜਾਂ ਤੁਸੀਂ ਆਪ ਇੰਟਰਵਿਊ ਕਰਨਾ ਚਾਹੁੰਦੇ ਸੀ ਆਪਣੀ ਅਸਿਸਟੈਂਟ ਦਾ? ਦੇਸ਼ੋ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਨਹੀਂ ਸਰ ਜੀ ਕੁਛ ਨਹੀਂ। ਪਰ ਮੈਨੂੰ ਇਦਾਂ ਲੱਗਿਆ ਜਿੱਦਾਂ ਤੁਸੀਂ ਕੁਝ ਬੋਲਦੇ ਬੋਲਦੇ ਰੁਕ ਗਏ, ਤੇ ਕੋਈ ਗੱਲ ਹੈ ਦਿਲ 'ਚ ਤਾਂ ਤੁਸੀਂ ਕਰ ਸਕਦੇ ਹੋ? ਨਹੀਂ ਨਹੀਂ ਸਰ ਜੀ ਕੁਛ ਵੀ ਨਹੀਂ ਹੈ ਦਿਲ 'ਚ। ਤੁਸੀਂ ਭਾਵੇਂ ਨਾ ਵੀ ਮੰਨੋ ਤਾਂ ਵੀ ਮੈਨੂੰ ਪਤਾ ਹੈ ਕਿ ਤੁਹਾਡੇ ਦਿਲ 'ਚ ਕੀ ਹੈ। ਤੁਸੀਂ ਆਪਣੀ ਨਵੀਂ ਅਸਿਸਟੈਂਟ ਤੇ ਖੁਸ਼ ਨਹੀਂ ਹੋ ਨਾ? ਨਹੀਂ ਨਹੀਂ ਸਰ ਜੀ ਮੇਰਾ ਤਾਂ ਅਜੇ ਤੱਕ ਵਾਹ ਹੀ ਨਹੀਂ ਪਿਆ ਉਹਦੇ ਨਾਲ। ਫਿਰ ਇਹ ਹੋ ਸਕਦਾ ਕਿ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਨੂੰ ਕਿਸੇ ਅਸਿਸਟੈਂਟ ਦੀ ਕੋਈ ਲੋੜ ਹੀ ਨਹੀਂ, ਤੇ ਮੈਂ ਬਿਨਾਂ ਪੁੱਛੇ ਹੀ ਉਹਨੂੰ ਨੌਕਰੀ ਤੇ ਰੱਖ ਲਿਆ। ਨਹੀਂ ਸਰ ਜੀ ਏਦਾਂ ਦੀ ਕੋਈ ਗੱਲ ਨਹੀਂ ਹੈ, ਹਲੇ ਮੈਂ ਤਾਂ ਹੁਣੇ ਹੁਣੇ ਦਫ਼ਤਰ ਵਿੱਚ ਆਈ ਹਾਂ, ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਕਿੱਦਾਂ ਕੰਮ ਹੁੰਦਾ। ਤੁਸੀਂ ਭਾਵੇਂ ਹੁਣੇ ਆਏ ਹੋ ਪਰ ਇਹ ਨਵਾਂ ਫੂਡ ਸੈਕਸ਼ਨ ਤੁਹਾਡੇ ਹਿਸਾਬ ਨਾਲ ਹੀ ਚੱਲੇਗਾ। ਤੁਸੀਂ ਇੱਕ ਵਾਰ ਕਹੋ ਤਾਂ ਸਹੀ ਤੁਗਲ ਫੂਡ ਚੇਨ ਤੋਂ ਉਸ ਕੁੜੀ ਦੀ ਛੁੱਟੀ ਹੋ ਜਾਏਗੀ, ਕਿਤੇ ਮੈਂ ਕੋਈ ਪੰਗਾ ਤਾਂ ਨਹੀਂ ਪਾਤਾ ਉਹਨੂੰ ਇੱਥੇ ਲਿਆ ਕੇ? ਸਰ ਜੀ ਕੰਮ ਤਾਂ ਕਰਨਾ ਹੀ ਹੈ, ਕਿਹਨੂੰ ਕਿਹਨੂੰ ਵੇਖੀਏ। ਤੁਹਾਨੂੰ ਉਹ ਪਸੰਦ ਨਹੀਂ ਹੈ ਨਾ? ਮੇਰੇ ਕੋਲ ਸਮਾਂ ਹੀ ਨਹੀਂ ਇਹ ਸਭ ਚੀਜ਼ਾਂ ਸੋਚਣ ਦਾ। ਲੈ ਦੱਸੋ ਅਸਿਸਟੈਂਟ ਮੈਂ ਇਹਦੇ ਲਈ ਰੱਖੀ ਹੈ ਕਿ ਤੁਹਾਡੇ ਉੱਤੇ ਕੰਮ ਦਾ ਬੋਝ ਥੋੜ੍ਹਾ ਘੱਟ ਹੋਵੇ, ਉਹ ਕਿਸੇ ਕੰਮ ਦੀ ਹੈ ਵੀ ਕਿ ਨਹੀਂ। ਮੈਨੂੰ ਤਾਂ ਲੱਗਦਾ ਨਾ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ। ਕਿਤੇ ਦੇਖੀ ਦੇਖੀ ਵੀ ਲੱਗਦੀ ਹੈ। ਉਹ ਹਾਂ ਉਹ ਤਾਂ ਉਹੀ ਹੈ ਨਾ ਜਿਹਨੇ ਉਸ ਦਿਨ ਉਹ ਬੇਕਾਰ ਜਿਹੇ ਕੱਪੜੇ ਲਿਆਂਦੇ ਸੀ ਜਿਹੜੇ ਅਸੀਂ ਰਿਜੈਕਟ ਵੀ ਕਰ ਦਿੱਤੇ ਸੀ। ਹਾਂ ਉਹੀ ਤਾਂ ਹੈ, ਪਤਾ ਨਹੀਂ ਕਿਉਂ ਅਰਮਾਨ ਦੇ ਨੇੜੇ ਤੇੜੇ ਨਾ ਡਰਾਉਂਦੀ ਰਹਿੰਦੀ ਹੈ ਬਸ।
अजे तो तुसी देखिया ही की है। की नहीं देखिया? कुछ नहीं सर जी, मैं तो बस। देखो देशो जी, मैं नहीं चाहता कि इस कुड़ी करके ना तुहाडे ते मेरे विच कोई भी किसी तरीके का तनाव आवे। नहीं नहीं सर जी, तुसी इस तरह क्यों सोच रहे हो? पहला तो सिंपल नू चुनन का फैसला मेरा नहीं, मैं तो होर दूजे वधिया सहायक लब्बे सी, पर मम्मी जी ने सारा कम बिगाड़ता। आप दुग्गल मैडम नू किदा जानती है सिंपल? यही गल तो मैनू भी समझ नहीं आई, वो कदे ना किसी की भी इन्नी सिफारिश नहीं करते जिनी उन्होंने सिंपल की की है। मैं उन्होंने विरुद्ध जाके उन्हें कट भी नहीं ना सकता। फिर तो की फायदा है गल करन दा? पर जे तुसी मैनू यह दसो ना कि तुसी इस कुड़ी दे नाल कम क्यों नहीं करना चाहते, जां फिर तुहानू इह क्यों नहीं पसंद है, मैं आप जाके मम्मी जी नाल गल करूंगा, तैनू कढ़ के कोई नवी असिस्टेंट रखांगे। सर जी तुहानू याद होएगा मैं। लो जी गर्मा गर्म कॉफी रेडी है। मैं तो तुहानू कॉफी पीण दे लई भेजा सी, तुसी तां साडे लई कॉफी लैके आ गए। फिर क्या हो गया सर? मैम लो तुसी भी पी के देखो कॉफी किवें दी बनी है। ए तुसी आप बना के ले आए हो? नहीं सर, पर मैं कोल खड़ के बनवाई है। पर ए तुहाडा काम नहीं है सिंपल। फिर क्या होंदा है सर, मैनू तो अपने नवे काम दा ना चाहे बहुत ज्यादा है, मैं तो किन्ना सारा काम करना चाहनी है, अपने काम तो भी वध काम करना चाहनी है, वो भी पूरे दिल नाल। पर तुहाडा काम सिर्फ देशो मैडम दी हर काम च मदद करना है, वही चंगी तरह करो। हाँ जी हाँ जी सर, मैं अपना काम ना पूरी मेहनत ना करूँगी, आई एम श्योर कि मैम नू भी मेरा काम बहुत पसंद आएगा। वो तो जदों तुसी करोगे ता ही पता लगेगा। सर मैं तो मैम का सारा स्केड्यूल भी रेडी कर दिता है, बस मैम ऑर्डर दे। मैम करिए इसका काम शुरू। देशो जी नाल मैनू कुछ काम है, तुसी अरमान कोलो ब्रीफिंग ले लो अज दी। हाँ जी सर, मैं तो बस जानकारी लेनी है, हुन ओ भावें देशो मैम देन या अरमान सर। हुण तां मैनू यकीन हो गया तुहाडे दोवां विच ना कुछ तां गड़बड़ जरूर है। तुसी टेंशन ना लो, तां कोई ना कोई हल कढ़दा। मम्मी जी अगर तुसी बुरा ना मन्नो ना तां मैं एक गल कहना चाहुंदा। मैं बुरा मनाया तां गल नहीं करेंगा, दस केड़ी गल दा बुरा मना। मम्मी जी मैं तुहाडे असूलां ते तुहाडे फैसलियां दी कदर करदा, पर मैनू लगता है कि इस बार सिंपल शर्मा नू कम ते रखण दा फैसला ना तुसी गलत लै लिया। किस आधार ते तुहाडा ये विचार है? तुहानू वो शूट याद है? हाँ जी, की होया? वो शूट ते एक कुड़ी आई सी देशो जी लई बेहुदा जे कपड़े लैके, वो सिंपल ही है ते मैं उन्हें कॉस्ट्यूम डिपार्टमेंट च रखिया। चलो ये भी छड्डो, पर ओदा ना साडे ऑफिस दे एक मुलाजिम नाल चक्कर भी चलदा पिया। ते किसी दी निजी जिंदगी नाल सानू की? ओह एक चंगी कुड़ी है ते सहायक दा काम वधिया करेगी। पर मम्मी जी कुछ बैकग्राउंड चेक किया? जगवीर पुत्तर मैनू एक कुड़ी चंगी लगदी है, मैं दी एहसान मंदा। पर मैनू ये लगदा ना कि वो देशो जी दी असिस्टेंट है, ते देशो जी दी भी राय सानू सुननी चाहीदी है, क्योंकि मैं महसूस कीता है कि देशो जी नू वो कुड़ी कुछ चंगी नहीं लगी। तुसी कुड़ियां नू समझ नहीं सकते, एक कुड़ी नू दूजी कुड़ी तो दिक्कत हुंदी ही है। देशो नू थोड़ा समा दियो सिंपल नू समझन दा, ते सिंपल नू भी अपने आप नू सिद्ध करन दा मौका दियो। बिना काम देके क्यों फैसला ले रहे हो? पर कुछ नहीं, मैं एदे बारे होर कोई गल नहीं करनी, वो कुड़ी साडे लई काम करेगी बस। देखिया फिर सिंपल शर्मा दा जादू। तू बोलन लगिया की पिछन देदी, जे तुन कह दंदा तू बोलदी किन्ना ज्यादा वा। फिर दी फिर देखी जानी सी, मैं ते ता बोली हां ताकि मेरे मुरे नु उस देशो नु बोलन दा मौका ना मिले। पर हुन ना हुन बोलन दा मौका मिलूगा जे आपा काम नहीं करके दवांगे। तुसी इन्ने तनाव च कानू दिखी जांदे हो, तां तां सगो खुश होना चाहिदा। हुन असी ऑफिस दे विच वी ना इकट्ठे होवांगे। मैं तेरे आते तो खुश हाँ, पर मेरे दिमाग च यह है कि जो दुग्गल सब पता लग गया फिर ओनू कौन दसूगा या तुसी दसोगे या मैं? पर
देशो देशो दा की है वो इस कंपनी दे विच ना सिर्फ एक इंप्लॉय है हाँ ठीक है एक फूड सेक्शन दी बॉस है पर उदी इन्नी पहुंच नहीं है जिन्ना वड्डा सोर्स ना मेरा इत्थे है ते कोई भी जाना इस कंपनी तो मैनू कड्ड नहीं सकदा नाले तुसी की मैनू गल्ला चुलझा दित्ता मैनू आही पुछण लग गए कि मैं अंदर की करके आई हूँ अच्छा जी तुहाडा कोई जरूरी पेपर है फाइल है मैनू दिखा दो मैं टिका दांगी नाले तुहाडा काम भी सौखा हो जाएगा चल आ वेख आ सारे रेस्टोरेंट दी ना प्लानिंग ते एदी आपां ऐड करनी है ऐड वाला काम तां शुरू तों मैनू बहुत चंगा लगदा है तुसी दिखाओ की सोचे है आ वेख आ दो में फाइल कोई लोड नहीं इनू कुछ दिखाउण दी इस मशहूरी वाले काम का हिस्सा नहीं रहे ए तू तुसी की कह रहे हो मैडम जी मैं जो भी कह रही हूँ सोच समझ के कह रही हूँ ए मशहूरी वाली योजना का हिस्सा नहीं बनेगी पर क्यों मैम मैं क्यों नहीं कर सकती क्योंकि ए काम बहुत जरूरी है थे तू अज ही कंपनी में आई मैं इन्ने जरूरी काम लई तेरे उत्ते यकीन नहीं कर सकती